ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਵਿਖੇ ਥੱਪ ਪ੍ਰੋਜੈਕਟ ਅਧੀਨ 85 ਲੱਖ ਰੁਪਏ ਖਰਚ ਕਰਕੇ ਬਣਾਏ ਇਸ ਮਾਡਲ ਪ੍ਰੋਜੈਕਟ ਵਾਲੇ ਛੱਪੜ ਦਾ 15 ਮਾਰਚ ਵਾਲੇ ਦਿਨ ਉਦਘਾਟਨ ਹੋਇਆ ਸੀ। ਪਰ ਉਦਘਾਟਨ ਤੋਂ 3 ਮਹੀਨੇ ਪਹਿਲਾਂ ਹੀ ਪਿੰਡ ਵਾਸੀਆਂ ਨੇ ਇਸ ਛੱਪੜ ਦੇ ਨਿਰਮਾਣ ਦੇ ਵਿੱਚ ਲੱਗ ਰਹੀ ਸਮੱਗਰੀ ਦੇ ਬਹੁਤ ਘਟੀਆ ਅਤੇ ਕਮਜ਼ੋਰ ਕੁਆਲਿਟੀ ਹੋਣ ਸੰਬੰਧੀ ਉਸ ਵੇਲੇ ਦੀ ਡਿਪਟੀ ਕਮਿਸ਼ਨਰ ਨੂੰ ਲਿਖਤ ਸ਼ਿਕਾਇਤ ਕੀਤੀ ਸੀ। ਲਿਖਤੀ ਸ਼ਿਕਾਇਤ ਤੇ ਅਧਿਕਾਰੀਆਂ ਨੇ ਕਥਿਤ ਮਿਲੀ ਭਗਤ ਕਰਦਿਆਂ ਪਰਦਾ ਪਾ ਲਿਆ, ਪਰ ਘਟੀਆ ਕੁਆਲਿਟੀ ਦਾ ਮਟੀਰੀਅਲ ਪਹਿਲੇ ਹੀ ਮੀਂਹ ਦੇ ਨਾਲ ਰੰਗ ਦਿਖਾਉਣ ਲੱਗਿਆ। 85 ਲੱਖ ਦੇ ਨਾਲ ਤਿਆਰ ਹੋਇਆ ਥਾਪਰ ਮਾਡਲ ਪ੍ਰੋਜੈਕਟ ਦਾ ਇਹ ਛੱਪੜ ਖਿਲਰ ਗਿਆ, ਜਿਸ ਦੇ ਨਾਲ ਪਿੰਡ ਦੋਦਾ ਦੇ ਸਰਕਾਰੀ ਸਕੂਲ, ਗਲੀਆਂ, ਮੁਹੱਲਿਆਂ ਅਤੇ ਆਮ ਲੋਕਾਂ ਦੇ ਘਰਾਂ ਦੇ ਵਿੱਚ ਛੱਪੜ ਦਾ ਪਾਣੀ ਭਰ ਗਿਆ। ਪਹਿਲਾਂ ਬਈ ਇਹ ਤੋਂ 3-4 ਮਹੀਨੇ ਅਸੀਂ ਇੱਥੇ ਰੌਲਾ ਪਾਇਆ ਸੀ, ਛੱਪੜ 'ਚ ਹੀ ਮਾੜਾ ਮਟੀਰੀਅਲ ਲੱਗ ਰਿਹਾ, ਰੇਤਾ ਨਹਿਰ ਦਾ ਸੀ, ਛੱਪੜ 'ਚੋਂ ਗਾਰਾ ਕੱਢ ਕੱਢ ਕੇ ਲਾਈ ਜਾਂਦੇ ਸੀ, ਸੀਮੈਂਟ ਦਾ ਨਾਂ ਹੀ ਨਹੀਂ ਸੀ ਇੱਥੇ। ਹੁਣ ਹੀ ਤੁਹਾਨੂੰ ਅਸੀਂ ਵਿਖਾਇਆ, ਪਹਿਲਾਂ ਮੀਂਹ ਪਿਆ ਸਿਆਲ ਦਾ ਜੀ, ਰਾਤ ਪਹਿਲੀ ਬਾਰਿਸ਼ ਹੋਈ ਹੈ, ਗਰਮੀਆਂ ਦਾ ਇੱਦੂ ਦੁੱਗਣੀ ਬਾਰਿਸ਼ ਹੁੰਦੀ ਹੈ, ਸਾਰਾ ਛੱਪੜ ਹੀ ਖਿਲਰ ਗਿਆ ਜੀ। ਉੱਧਰ ਇੰਟਰਲੋਕ ਬਹਿ ਗਈ, ਆਹ ਕਿਹੜੇ ਡੈੱਕ ਬਣਿਆ ਡਿੱਗਾ ਨਾਲ ਬਹਿ ਗਿਆ ਥਾਂ ਸਾਰਾ ਜੀ, ਇੰਟਰਲੋਕ ਖਿਲਰ ਗਈ। ਇਹਦਾ ਉਦਘਾਟਨ 15 ਤਰੀਕ ਨੂੰ ਹੋਇਆ ਜੀ। ਆਈਡੀ ਇਹਨਾਂ ਨੇ ਲੋਕਟੇ ਲਾਈ ਹੈ, ਕੋਈ ਦੁਰਮਟ ਨਹੀਂ ਮਾਰਿਆ ਇਹਨਾਂ ਨੇ, ਜਿਹੜੇ ਮਿਸਤਰੀ ਸੀ ਉਹ ਵੀ ਚੈਂਦੇ, ਜਿਹੜੇ ਲੇਬਰ ਵਾਲੇ ਬੰਦੇ ਸੀ ਉਹ ਵੀ ਚੈਂਦੇ ਸੀਗੇ, ਸਾਰਾ ਮਟੀਰੀਅਲ ਮਾੜਾ ਲਾਇਆ ਇਹਨਾਂ ਨੇ। ਪਹਿਲੇ ਵੀ ਨਹੀਂ, ਇਹ ਦੂਜਾ ਪੈ ਗਿਆ ਤੇ ਮੰਨਾ ਬਣ ਜਾਣਗੇ, ਪਰ ਜਾਣਗੇ ਸਾਰੇ ਕਿਤੇ ਘਾਰੇ ਪਏ ਖੜੇ ਇਹਨਾਂ ਦੇ। ਹਾਂ ਹਾਈ ਤਾਂ ਬਾਕੀ ਮੀਂਹ ਆਇਆ ਹੀ ਲਾਇਆ ਕੀ ਹੈ, ਉਹ ਸਾਰਾ ਮਾੜਾ ਮਟੀਰੀਅਲ ਲਾਇਆ ਜੀ। ਮਜ਼ਦੂਰ ਚ ਨਹੀਂ ਗਏ ਕਿੱਥੇ, ਤਾਂ ਮਿਸਤਰੀ ਨਾ ਕੋਈ ਲੇਬਰ ਇਹਦਾ ਕੱਢਿਆ, ਨਾ ਕੋਈ ਲੈਣਾ ਨਹੀਂ ਦੇਣਾ ਨਹੀਂ। ਇੱਥੋਂ ਵੇਖ ਲਓ ਕਿਤੇ ਨੀਵੀਂ ਪਈ ਹੈ, ਕਿਤੇ ਉੱਚੀ ਪਈ ਹੈ, ਠੇਡੇ ਬਣੇ ਪਏ ਆ ਸਾਰੇ।